ਮੇਰੀ ਪੀਰੀ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਦਰੋਂ ਘਰੋਂ ਵਰਸਾਏ ਹੋਏ ਵਿਧੀ ਚੰਦ ਸੀਨਾ ਗੁਰੂ ਕਾ ਸੀਨਾ ਬਹਾਦਰ ਵਿਧੀ ਚੰਦ ਸਾਹਿਬ ਜੀ ਦੇ ਦਸਵੇਂ ਜਾਨਸੀਨ ਸੱਚਖੰਡ ਵਾਸੀ ਬ੍ਰਹਮ ਗਿਆਨੀ ਸੰਤ ਬਾਬਾ ਸੋਹਣ ਸਿੰਘ ਜੀ ਦੀ ਸਲਾਨਾ ਨਿੱਘੀ ਅਤੇ ਮਿੱਠੀ ਯਾਦ ਨਗਰ ਸੁਰ ਸਿੰਘ ਜ਼ਿਲ੍ਹਾ ਤਰਨ ਤਾਰਨ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨਗਰ ਨਿਵਾਸੀਆਂ ਇਲਾਕੇ ਦੀਆਂ ਸੰਗਤਾਂ ਅਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਬੜਮੁੱਲੇ ਸਹਿਯੋਗ ਨਾਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੱਤਰ ਸਾਇਆ ਹੇਠ ਅਤੇ ਬਾਬਾ ਵਿਧੀ ਚੰਦ ਸਾਹਿਬ ਜੀ ਦੇ ਬਾਰਵੇਂ ਮੁਖੀ ਜਥੇਦਾਰ ਸੰਤ ਬਾਬਾ ਅਵਤਾਰ ਸਿੰਘ ਜੀ ਦੀ ਦੇਖ ਰੇਖ ਹੇਠ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਈ ਗਈ। ਸਰਬੱਤ ਦੇ ਭਲੇ ਲਈ ਆਰੰਭ ਕੀਤੇ ਹੋਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠਾਂ ਦੇ ਭੋਗ ਪੈਣ ਉਪਰੰਤ ਬਾਬਾ ਵਿਧੀ ਚੰਦ ਜੀ ਹਾਲ ਵਿੱਚ ਗੁਰਮਤਿ ਸਮਾਗਮ ਵੀ ਕਰਵਾਇਆ ਗਿਆ। ਇਸ ਸਮੇਂ 'ਤੇ ਸੰਤ ਮਹਾਂਪੁਰਸ਼ ਬਹੁਤ ਹੀ ਵੱਡੀ ਗਿਣਤੀ ਵਿੱਚ ਪਹੁੰਚੇ ਅਤੇ ਸੰਗਤਾਂ ਨੇ ਲੱਖਾਂ ਦੀ ਗਿਣਤੀ ਵਿੱਚ ਪਹੁੰਚ ਕੇ ਆਪਣੀ ਹਾਜ਼ਰੀ ਲਵਾਈ ਅਤੇ ਸੰਗਤਾਂ ਨਤਮਸਤਕ ਹੋਈਆਂ। ਇਸ ਸਮਾਗਮ ਵਿੱਚ ਪੰਥਕ ਪ੍ਰਸਿੱਧਕ ਰਾਗੀ ਜਥੇ ਸਿੰਘ ਸਾਹਿਬਾਨ ਸੰਤ ਮਹਾਂਪੁਰਖਾਂ ਤੋਂ ਇਲਾਵਾ ਕਵਿਸਰੀ ਜਥਿਆਂ ਅਤੇ ਢਾਡੀ ਜਥਿਆਂ ਨੇ ਪਹੁੰਚ ਕੇ ਆਈਆਂ ਸੰਗਤਾਂ ਨੂੰ ਸਿੱਖ ਇਤਿਹਾਸ ਸੁਣਾ ਕੇ ਨਿਹਾਲ ਕੀਤਾ। ਮੇਰੀ ਪੀਰੀ ਦੇ ਮਾਲਕ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਦਰੋਂ ਘਰੋਂ ਵਰਸਾਏ ਸੂਰਬੀਰ ਬਹਾਦਰ ਯੋਧੇ ਮਹਾਨ ਪਰੇ ਉਪਕਾਰੀ ਗੁਰਸਿੱਖ ਸਤਿਗੁਰਾਂ ਦਾ ਸੀਨਾ ਬਣਨ ਵਾਲੀ ਮਹਾਨ ਪਾਵਨ ਪਵਿੱਤਰ ਆਤਮਾ ਧੰਨ ਧੰਨ ਬ੍ਰਹਮ ਗਿਆਨੀ ਬਹਾਦਰ ਬਾਬਾ ਵਿਧੀ ਚੰਦ ਸਾਹਿਬ ਜੀ। ਬਾਬਾ ਵਿਧੀ ਚੰਦ ਸਾਹਿਬ ਜੀ ਦੀ ਅੰਸ਼ ਬੰਸ ਦੇ ਦਸਵੇਂ ਜਾਨਸ਼ੀਨ ਮਹਾਂਪੁਰਖ ਮਹਾਂਪੁਰਖਾਂ ਨੇ ਚਲਾਈ ਉਸੇ ਤਰ੍ਹਾਂ ਹੀ ਸੁਰਤ
तख्त साहब बाबा जी ने गुरु के लंगर की सेवा अतुट चला के गुरु नानक साहब ने खुशियां प्राप्त की। जिते मीरी पीरी के मालक साहेब श्री गुरु हरगोबिंद साहब जी महाराज सतगुरु जी ने एक नगर विच अपने मुबारक जत पा के सिख संगत निहाल किया। उत्ते बहादुर बाबा बिरी चंद साहब जी जिन्हां ते गुरु हरगोबिंद साहब जी ने बेअंत ही बख्शिशां कीतियां, बेअंत ही इस घर नूं सतगुरु जी ने खुशियां भरे भजन कीते वर दित्ते। चंगी पीढ़ी सुनियां रूप दिखावन वारो वारी दल भजन गुर सूरमा वट जोड़ा बहु पर उपकारी बोली किनी संत सेव जो महापुरुषों की वडियाई है वो ही हरि अकाल वाहेगुरु की वडियाई, क्योंकि महापुरुषों के विच ते परमेश्वर दे विच किसे तरह का भेद नहीं हुंदा। कलगी धर पातशाह महाराज जी ने वचन श्री दसम ग्रंथ साहिब अंदर दर्ज है कि हर हर जन दोई एक है, निर्भ के चार का सुनारा है, जल दे उपज तराग दिया जल ही मिटा समाज। वाहो वाहो करे सी जल सोहने, वाहो वाहो करे सी जल सोहने, वाहो वाहो करे सी जल सोहने, वाहो वाहो करे सी महाराज की शताब्दी आ गई है, कई सेवा दे पा रहे हैं,
ਉਹਨਾਂ ਨੇ ਬਹੁਤੀ ਖਿੱਚ ਕੀਤੀ ਵੀ ਨਹੀਂ ਜ਼ਰੂਰ ਆਓਗੇ, ਇਸ ਕਰਕੇ ਸਾਨੂੰ ਥੋੜ੍ਹੇ ਦਿਨ ਉੱਧਰ ਜਾਣਾ ਪੈਣਾ। ਤਾਂ ਸਾਰੀਆਂ ਸੰਗਤਾਂ ਹਾਜ਼ਰੀ ਪ੍ਰਵਾਨ ਕਰਿਓ, ਪਲੰਘਕਾਂ ਦੀ ਖਿਮਾ ਬਖਸ਼ਣੀ। ਹੁਣ ਫਿਰ ਸਾਰੀਆਂ ਸੰਗਤਾਂ ਜੇਜ ਵਾਲੇ ਜੋੜ ਮੇਲੇ ਦਾ ਦਰਸ਼ਨ ਦਿਲਾਰਾ, ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇੱਥੇ ਜਨਮ ਪਾਏ ਨੇ, ਸਤਿਗੁਰੂ ਕਿਰਪਾ ਕਰਨ ਇਹ ਜੋੜ ਮੇਲੇ ਜਿਹੜੇ ਵੱਡੇ ਮਹਾਂਪੁਰਖਾਂ ਬਾਬਾ ਸੋਹਣ ਸਿੰਘ ਸਾਹਿਬ ਜੀ ਨੇ ਜੇਜ ਵਾਲਾ ਮੇਲਾ ਵੀ ਸ਼ੁਰੂ ਕੀਤਾ, ਅਤੇ ਭਾਦਰੋਂ ਵਾਲਾ ਮੇਲਾ ਜਿਹੜਾ ਹੈ ਇਹ ਬਾਬਾ ਵਿਧੀ ਚੰਦ ਜੀ ਦੇ ਸੱਚਖੰਡ ਜਾਣ ਦਾ ਦਿਹਾੜਾ ਇਹ ਮਹਿਲਾ ਵਿੱਚ ਮਨਾਇਆ ਜਾਂਦਾ, ਅਤੇ ਬਾਬਾ ਸੋਹਣ ਸਿੰਘ ਸਾਹਿਬ ਜੀ ਨੇ ਜੋੜ ਮੇਲਾ ਜਿਹੜਾ ਇਹ ਖੁੱਲ੍ਹੇ ਥਾਂ 'ਤੇ ਬਾਸ ਸਮਾਧਾਂ ਵਾਲੇ ਥਾਂ 'ਤੇ ਸ਼ੁਰੂ ਕੀਤਾ, ਅਤੇ ਇਹ ਸੱਚਖੰਡ ਵਾਸੀ ਬਾਬਾ ਜੀ ਨੇ ਬਾਬਾ ਦਇਆ ਸਿੰਘ ਸਾਹਿਬ ਜੀ ਨੇ ਕਿਰਪਾ ਕੀਤੀ। ਇਹ ਜਿਹੜੇ ਬਰਾਦਰ ਜੋੜ ਮੇਲੇ ਆ ਇਹਦੇ ਵਿੱਚ ਛਾਉਣੀ ਸਾਹਿਬ ਵਿੱਚ ਇਹ ਸਾਰੇ ਜੋੜ ਮੇਲੇ ਦਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੋੜ ਮੇਲੇ ਦੇ ਛੇਵੇਂ ਪਾਤਸ਼ਾਹ ਭੋਗ ਪੈਂਦੇ ਨੇ, ਇੱਥੇ ਗਵਾਨ ਇੱਥੇ ਲੰਗਰ। ਇਸੇ ਤਰ੍ਹਾਂ ਬਾਬਾ ਵਿਧੀ ਚੰਦ ਜੀ ਦੇ ਜੋੜ ਮੇਲੇ ਦੇ ਅਤੇ ਦੋ ਜੋੜ ਮੇਲੇ ਜਿਹੜੇ ਨੇ ਉਹ ਇੱਕ ਆਹ ਬਾਬਾ ਜੀ ਦੀ ਬਰਸੀ ਦਾ ਜੋੜ ਮੇਲਾ, ਕਿਉਂਕਿ ਉਹਨਾਂ ਦਾ ਜਿਹੜਾ ਮਹਾਂਪੁਰਖਾਂ ਦਾ ਉਹਨਾਂ ਦਾ ਜੀਵਨ ਸਾਨੂੰ ਮਾਰਗ ਦਰਸ਼ਨ ਕਰਦਾ ਰਹੇ। ਅਸੀਂ ਸੇਵਾ ਕਰੋ, ਅੰਮ੍ਰਿਤ ਵੇਲੇ ਉੱਠੋ, ਇਹ ਪ੍ਰੇਰਣਾ ਹੁੰਦੀ ਹੈ ਮਹਾਂਪੁਰਖਾਂ ਦੇ ਜੀਵਨ ਦੀ, ਸਿੱਖਿਆ ਹੁੰਦੀ ਹੈ। ਅਤੇ ਉਹਨਾਂ ਮਹਾਂਪੁਰਖਾਂ ਦੀ ਬਹੁਤ ਵੱਡੀ ਕਮਾਈ ਹੈ, ਵੱਡੀ ਵੱਡੀ ਉਹਨਾਂ ਦੀ ਘਾਲਣਾ ਹੈ, ਸੇਵਾ ਹੈ। ਇਸੇ ਤਰ੍ਹਾਂ ਹੀ ਬਾਬਾ ਜੀ ਸੱਚਖੰਡ ਵਾਸੀ ਬਾਬਾ ਦਇਆ ਸਿੰਘ ਸਾਹਿਬ ਜੀ ਮਹਾਂਪੁਰਖਾਂ ਦੀ ਕਿੱਡੀ ਵੱਡੀ ਉਹਨਾਂ ਘਾਲਣਾ ਕਮਾਈ। ਅਨੰਦਪੁਰ ਸਾਹਿਬ ਦੇ ਅੱਜ ਪੜਾਅ ਤੁਹਾਡਾ ਉੱਥੇ ਕਿੰਨੀਆਂ ਸੰਗਤਾਂ ਜਾਣ ਖਲੋ ਨੂੰ ਦਰਵਾਜ਼ੇ ਤਾਂ ਹੀ ਗੱਡੀਆਂ ਆਣ ਕੇ ਖਲੋ ਜਾਂਦੀਆਂ, ਕਿਸੇ ਨੂੰ ਕੋਈ ਇਹ ਨਹੀਂ ਕਹਿ ਸਕਦਾ। ਜੇ ਕੋਈ ਕਹਿੰਦਾ ਉੱਥੇ ਸੇਵਾਦਾਰ ਤਾਂ ਉਹ ਕਹਿੰਦੇ ਵੀ ਅਸੀਂ ਆਪਣੇ ਘਰ ਆਏ। ਇਸ ਕਰਕੇ ਭਾਈ ਸਾਰਿਆਂ ਨੂੰ ਮਾਣ ਹੁੰਦਾ ਇਸ ਗੱਲ ਦਾ, ਅਤੇ ਮਹਾਂਪੁਰਖਾਂ ਨੇ ਇਸੇ ਰੀਤ ਨਾਲ ਹੀ ਉੱਥੇ ਪੜਾਅ ਬਣਾਇਆ ਵੀ ਗੁਰੂ ਹਰਗੋਬਿੰਦ ਸਾਹਿਬ ਦੀ ਇਤਿਹਾਸ ਵਿੱਚ ਲਿਖਦੇ ਸਾਹ ਵਿੱਚ ਖੇਡੇ ਮੋਤੀ ਇਸ ਸਮੇਂ 'ਤੇ ਪਹੁੰਚੇ ਹੋਏ ਸਾਧੂ ਮਹਾਤਮਾ ਤੋਂ ਇਲਾਵਾ ਉੱਗੀਆਂ ਸ਼ਖਸੀਅਤਾਂ ਦਾ ਸੰਤ ਬਾਬਾ ਅਵਤਾਰ ਸਿੰਘ ਜੀ ਅਤੇ ਉਹਨਾਂ ਦੇ ਪ੍ਰਜੰਦ ਸੰਤ ਬਾਬਾ ਪ੍ਰੇਮਜੀਤ ਸਿੰਘ ਜੀ ਵੱਲੋਂ ਸਨਮਾਨ ਵੀ ਕੀਤਾ ਗਿਆ। ਇਸ ਸਮੇਂ 'ਤੇ ਨਿਹੰਗ ਸਿੰਘ ਜਥੇਬੰਦੀਆਂ ਦੇ ਜਥੇਦਾਰ, ਕਾਰ ਸੇਵਾ ਵਾਲੇ ਮਹਾਂਪੁਰਖ, ਸੇਵਾ ਪੰਥੀ ਅਤੇ ਮਹਾਂਪੁਰਖ, ਨਰਮਲੇ ਅਤੇ ਉਦਾਸੀਨ ਸੰਪਰਦਾਇ ਦੇ ਮਹਾਂਪੁਰਖਾਂ ਤੋਂ ਇਲਾਵਾ ਸਾਧੂ ਮਹਾਤਮਾ ਬਹੁਤ ਹੀ ਵੱਡੀ ਗਿਣਤੀ ਵਿੱਚ ਪਹੁੰਚੇ ਹੋਏ ਸਨ। ਸਾਰੇ ਹੀ ਸੇਵਾਦਾਰਾਂ ਨੇ ਆਪਣੀ ਡਿਊਟੀ ਬੜੀ ਹੀ ਸ਼ਰਧਾ ਅਤੇ ਭਾਵਨਾ ਨਾਲ ਨਿਭਾਈ। ਸੇਵਾਦਾਰਾਂ ਵੱਲੋਂ ਤਿਆਰ ਕੀਤੇ ਹੋਏ ਗੁਰੂ ਕੇ ਲੰਗਰ ਅਤੇ ਬੀਬੀਆਂ ਵੱਲੋਂ ਤਿਆਰ ਕੀਤੇ ਹੋਏ ਪ੍ਰਸ਼ਾਦਿਆਂ ਨੂੰ ਸੰਗਤਾਂ ਨੇ ਪੰਗਤਾਂ ਵਿੱਚ ਬੈਠ ਇਸ ਸਮੇਂ 'ਤੇ ਸੱਚਖੰਡ ਵਾਸੀ ਸੰਤ ਬਾਬਾ ਦਇਆ ਸਿੰਘ ਜੀ ਵੱਲੋਂ ਚਲਾਇਆ ਹੋਇਆ ਕਬੱਡੀ ਕੱਪ ਵੀ ਕਰਵਾਇਆ ਗਿਆ, ਜਿਸ ਵਿੱਚ ਖਿਡਾਰੀਆਂ ਨੇ ਆਪਣੀ ਕਲਾ ਦੇ ਜੌਹਰ ਵਿਖਾਏ। ਬਾਬਾ ਵਿਧੀ ਚੰਦ ਜੀ ਨਗਰ ਸੁਰ ਸਿੰਘ ਜ਼ਿਲ੍ਹਾ ਤਰਨ ਤਾਰਨ ਦੀ ਦੇਸਾਂ ਵਿਦੇਸਾਂ ਦੀਆਂ ਸੰਗਤਾਂ ਵਿੱਚ ਬਹੁਤ ਹੀ ਸ਼ਰਧਾ ਭਾਵਨਾ ਹੈ, ਕਿਉਂਕਿ ਇਸ ਗੁਰਦੁਆਰਾ ਸਾਹਿਬ ਦੇ ਅਤੇ ਇਹ ਸੰਪਰਦਾਇ ਦਲ ਦੇ ਬਾਰਵੇਂ ਮੁਖੀ ਜਾਨਸੀਨ ਸ਼੍ਰੀਮਾਨ ਸੰਤ ਬਾਬਾ ਅਵਤਾਰ ਸਿੰਘ ਜੀ ਵੱਲੋਂ ਲੋਕ ਭਲਾਈ ਦੇ ਅਨੇਕਾਂ ਹੀ ਕੰਮ ਕੀਤੇ ਜਾਂਦੇ ਹਨ ਅਤੇ ਸਾਰੇ ਹੀ ਧਰਮਾਂ ਦਾ ਸਤਿਕਾਰ ਕੀਤਾ ਜਾਂਦਾ ਹੈ।
ਸਾਗਰ ਸੁਰ ਸਿੰਘ ਜ਼ਿਲ੍ਹਾ ਤਰਨ ਤਾਰਨ ਵਿਖੇ ਸੰਪਰਦਾਇ ਦਲ ਦੇ 12ਵੇਂ ਮੁਖੀ ਜਾਨਸੀਨ ਸ੍ਰੀਮਾਨ ਸੰਤ ਬਾਬਾ ਅਵਤਾਰ ਸਿੰਘ ਜੀ ਨੇ ਗੱਲਬਾਤ ਕਰਦਿਆਂ ਦੱਸਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਹਰਗੋਬਿੰਦ ਸਾਹਿਬ ਜੀ ਦੀ ਬਖਸ਼ਿਸ਼ ਦੇ ਪਾਤਰ ਬਿਧੀ ਚੰਦ ਸੀਨਾ ਗੁਰੂ ਕਾ ਸੀਨਾ ਬਾਬਾ ਬਿਧੀ ਚੰਦ ਸਾਹਿਬ ਜੀ ਦੇ ਦਸਵੇਂ ਜਾਨਸੀਨ ਬਾਬਾ ਜੀ ਸੱਚਖੰਡ ਵਾਸੀ ਬਾਬਾ ਸੋਹਣ ਸਿੰਘ ਸਾਹਿਬ ਜੀ ਬ੍ਰਹਮ ਗਿਆਨੀ ਮਹਾਂਪੁਰਖਾਂ ਦਾ ਅਤੇ ਸਾਲਾਨਾ ਬਰਸੀ ਦਾ ਦਿਹਾੜਾ, ਜਿਨ੍ਹਾਂ ਮਹਾਂਪੁਰਖਾਂ ਨੇ ਆਪਣੇ ਜੀਵਨ ਵਿੱਚ ਗੁਰੂ ਮਹਾਰਾਜ ਦੇ ਗੁਰਮਤ ਨੂੰ ਪ੍ਰਚਾਰਨ ਪ੍ਰਸਾਰਨ ਲਈ ਆਪਣੇ ਸਰੀਰ ਦੇ ਗੁਰੂ ਮਹਾਰਾਜ ਦੀ ਗੁਰਮਤ ਨੂੰ ਧਾਰਨ ਕਰਕੇ ਗੁਰਮਤ 'ਤੇ ਆਪ ਪਹਿਰਾ ਦਿੰਦੇ ਹੋਏ ਬਾਣੀ ਅਤੇ ਬਾਣੇ ਵਿੱਚ ਪ੍ਰਪੱਕ ਹੋ ਕੇ ਗੁਰੂ ਕੀ ਸਿੱਖੀ ਦਾ ਸੰਦੇਸ਼ਾ ਦਿੱਤਾ। ਉਹਨਾਂ ਸਮਿਆਂ ਵਿੱਚ ਕੋਈ ਗੱਡੀਆਂ ਨਹੀਂ ਸੀ, ਮਹਾਂਪੁਰਖਾਂ ਨੇ ਗੱਡਿਆਂ 'ਤੇ ਬੱਗੀਆਂ 'ਤੇ ਘੋੜਿਆਂ 'ਤੇ ਚੱਲ ਚੱਲ ਕੇ ਵੀ ਬੇਅੰਤ ਸੰਗਤਾਂ ਨੂੰ ਗੁਰੂ ਸ਼ਬਦ ਦੇ ਨਾਲ ਜੋੜਿਆ, ਖੰਡੇ ਬਾਟੇ ਦਾ ਅੰਮ੍ਰਿਤ ਪਾਨ ਕਰਵਾਇਆ ਪੰਜਾਂ ਪਿਆਰਿਆਂ ਪਾਸੋਂ। ਆਪ ਹੱਥੀਂ ਸੇਵਾ ਕਰਦੇ ਰਹੇ। ਸੰਨ 42 ਵਿੱਚ ਸ੍ਰੀ ਹਜੂਰ ਸਾਹਿਬ ਅਤੇ ਪਟਨਾ ਸਾਹਿਬ ਦੀ ਯਾਤਰਾ ਪੈਦਲ, ਚਾਰ ਯਾਤਰਾ ਪੈਦਲ ਕੀਤੀਆਂ। ਆਪ ਜੀ ਜਿੱਥੇ ਵੀ ਵਿਚਰੇ, ਜਿੱਧਰ ਨੂੰ ਵੀ, ਉੱਥੇ ਹੀ ਸੰਗਤਾਂ ਨੂੰ ਗੁਰੂ ਦੀ ਗੁਰਮਤ ਨਾਲ ਜੋੜਨ ਦਾ ਯਤਨ ਕੀਤਾ। ਨਨਕਾਣੇ ਸਾਹਿਬ ਤੋਂ ਲੈ ਕੇ ਯਾਤਰਾ ਆਰੰਭ ਕੀਤੀ। ਮਹਾਂਪੁਰਖਾਂ ਨੇ ਸੰਨ 65 ਦੀ ਅਤੇ 71 ਦੀ ਜੰਗ ਦੇ ਸਮੇਂ ਵੀ ਮੋਰਚਿਆਂ ਦੇ ਫਰੰਟ 'ਤੇ ਜਾ ਕੇ ਫੌਜੀਆਂ ਨੂੰ ਰਾਸ਼ਨ ਵੀ ਪਹੁੰਚਾਇਆ, ਜਿਨ੍ਹਾਂ ਨੇ ਪਿੱਛੋਂ ਪਾਣੀ ਨਹੀਂ ਸੀ ਆਇਆ। ਪੰਥ ਦੇ ਹਰ ਕਾਰਜ ਵਿੱਚ ਉਹਨਾਂ ਨੇ ਤਿਆਰ ਪ੍ਰਤਿਆਰ ਹੋ ਕੇ ਗੁਰੂ ਦੀ ਗੁਰਮਤਿ ਵਿੱਚ ਤਿਆਰ ਪ੍ਰਤਿਆਰ ਰਹਿਣ ਵਾਸਤੇ ਆਪ ਡਟ ਕੇ ਪਹਿਰਾ ਦਿੱਤਾ। ਆਪ ਮਹਾਂਪੁਰਖ ਹੱਥੀਂ ਸੇਵਾ ਕਰਦੇ ਰਹੇ ਔਰ ਕਿਸੇ ਤਰ੍ਹਾਂ ਦਾ ਵੀ ਕੋਈ ਤਮਾ ਨਹੀਂ ਕੀਤਾ, ਕਿਸੇ ਲੋਭ ਲਾਲਚ ਵਿੱਚ ਨਹੀਂ ਆਏ। ਗੁਰੂ ਪੰਥ ਦੀ ਸੇਵਾ ਨੂੰ ਸਮਰਪਿਤ ਹੋ ਕੇ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਔਰ ਹਰ ਵੇਲੇ ਗੁਰੂ ਪੰਥ ਦੀ ਚੜ੍ਹਦੀ ਕਲਾ ਦੇ ਕਾਰਜ ਆਪ ਲੋੜਦੇ, ਪੰਥ ਦੀ ਚੜ੍ਹਦੀ ਕਲਾ ਆਪ ਲੋਚਦੇ। ਐਸੇ ਮਹਾਂਪੁਰਖ ਜਿਨ੍ਹਾਂ ਦਾ ਜੀਵਨ ਕਿ ਸਾਨੂੰ ਸਦਾ ਲਈ ਪ੍ਰੇਰਨਾ ਕਰਦਾ ਰਹੇਗਾ ਕਿ ਗੁਰੂ ਪੰਥ ਇਕੱਤਰ ਹੋ ਕੇ ਚੜ੍ਹਦੀ ਕਲਾ ਦੇ, ਗੁਰੂ ਪੰਥ ਦੇ ਗੁਰਮਤਿ ਸੋਧ ਕੇ ਵਿਚਾਰ ਕੇ ਗੁਰੂ ਪੰਥ ਦੀ ਚੜ੍ਹਦੀ ਕਲਾ ਦੇ ਕਾਰਜ ਕਰਨ, ਉਹਨਾਂ ਦੇ ਜੀਵਨ ਤੋਂ ਸਾਨੂੰ ਇਹ ਪ੍ਰੇਰਨਾ ਮਿਲਦੀ ਰਹੇਗੀ। ਅੱਜ ਬਾਬਾ ਜੀ ਦੇ ਬਰਸੀ ਸਮਾਗਮ 'ਤੇ ਸਾਡੇ ਅਤਿ ਸਤਿਕਾਰਯੋਗ ਸਤਿਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹੈਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਸਾਹਿਬ ਜੀ ਵਿਸ਼ੇਸ਼ ਕਰਕੇ ਸਵੇਰ ਤੋਂ ਲੈ ਕੇ ਦੀਵਾਨਾਂ ਵਿੱਚ ਵੀ ਹਾਜ਼ਰੀਆਂ ਪਈਆਂ ਔਰ ਗੁਰੂ ਸ਼ਬਦ ਦੇ ਨਾਲ ਸੰਗਤਾਂ ਨੂੰ ਜੋੜਿਆ। ਸਤਿਗੁਰੂ ਕਿਰਪਾ ਕਰਨ ਸੱਚੇ ਪਾਤਸ਼ਾਹ, ਗੁਰੂ ਪੰਥ ਦੀ ਚੜ੍ਹਦੀ ਕਲਾ ਹੋਵੇ। ਸਾਰੀਆਂ ਸੰਗਤਾਂ ਦਾ ਧੰਨਵਾਦ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।